ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਰਵਨੀਤ ਵੱਲੋਂ ਤੇ ਕੰਟੀਨ ਚ ਆਏ ਆ, ਚਾਹ ਪੀ ਲਈ ਹੈ ਕਿ ਨੀ ਆਂਟੀ? ਚਾਹ ਦਿਓ ਜੀ। ਓਏ ਹੋਏ, ਅੱਛਾ ਆਂਟੀ ਜੀ ਨੂੰ ਕਿਹਾ ਤੇ ਅੰਕਲ ਜੀ ਦੇਣਗੇ। ਓਏ ਹੋਏ ਹੋਏ, ਇਹ ਦੇਖੋ ਪਤਾ ਲੱਗਦਾ। ਹਾਂਜੀ ਹਾਂਜੀ, ਹੋਮ ਮਿਨਿਸਟਰੀ, ਠੀਕ ਹੈ ਜੀ। ਸੋ ਥੈਂਕ ਯੂ ਜੀ, ਅਤੇ ਚਾਹ ਕੰਟੀਨੀ ਮੰਡੀਰ ਨੂੰ, ਅਤੇ ਮਾਮੇ ਚਾਚੇ ਤਾਏ ਛੜੇ ਅਤੇ ਵਿਆਹੇ ਸਰ ਨੇ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਅਤੇ ਤੁਹਾਨੂੰ ਪਤਾ ਵੀ ਪੂਰੀਆਂ ਰੌਣਕਾਂ ਲਾਈ ਦੀਆਂ, ਮਸਤੀ ਕਰੀ ਦੀ ਹੈ, ਫਨ ਕਰੀਦਾ, ਅਤੇ ਅੱਜ ਮੈਂ ਪੂਰਾ ਹੰਗਾਮਾ ਕਰਨ ਲਈ, ਦੇਖੋ ਕੰਟੀਨ ਦੇ ਵਿੱਚ ਖੜ੍ਹਾਂ। ਸ਼ਹਿਰ ਹੈਗਾ ਜੀ ਅੰਬਾਲਾ, ਅਤੇ ਕੈਂਪਸ ਬਹੁਤ ਸ਼ਾਨਦਾਰ ਹੈ ਜੀ, ਬੜੇ ਕਿਊਟ ਕਿਊਟ ਦੇ ਚਿਹਰੇ ਵੀ ਹੈਗੇ ਨੇ, ਸ਼ਰਾਰਤੀ ਬੱਚੇ ਬੈਠੇ ਨੇ। ਕੈਂਪਸ ਦਾ ਨਾਮ ਹੈਗਾ ਜੀ AIMT। ਸੋ ਠੀਕ ਹੋ ਜੀ AIMT ਵਾਲੇ? ਬਹੁਤ ਵਧੀਆ, ਬਹੁਤ ਵਧੀਆ, ਸਾਰੇ ਰੱਜ ਕੇ ਆਏ ਵੀ, ਭੁੱਖਾ ਕੋਈ ਨਹੀਂ, ਅਤੇ ਸਾਰਿਆਂ ਨੇ ਪੂਰਾ ਜੋਸ਼ ਹੈ ਜੀ। ਆਪਾਂ ਇੱਧਰ ਬਹਿੰਦੇ ਹਾਂ। ਕੀ ਨਾਮ ਹੈ ਤੁਹਾਡਾ? ਨੇਹਾ। ਨੇਹਾ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਅੰਬਾਲਾ। ਅੰਬਾਲਾ ਤੋਂ, ਅਤੇ ਕਿਹੜਾ ਕੋਰਸ ਹੈ ਜੀ ਇੱਥੇ? MBA। MBA, ਗ੍ਰੈਜੂਏਸ਼ਨ ਤੁਹਾਡੀ ਹੋ ਗਈ, ਮਾਸਟਰਸ ਹੁਣ ਚੱਲ ਰਹੀ ਹੈ। ਏਮ ਕੀ ਹੈ ਜੀ ਜ਼ਿੰਦਗੀ ਦਾ? ਮੈਨੂੰ ਇੱਕ ਅੱਛੀ ਬਿਜ਼ਨਸ ਵੂਮਨ ਬਣਨਾ ਹੈ, ਇਸ ਲਈ MBA ਕਰ ਰਹੀ ਹਾਂ। ਬਿਜ਼ਨਸ ਵੂਮਨ? ਅੱਛਾ ਅੱਛਾ ਅੱਛਾ, ਬਿਜ਼ਨਸ ਕਰੋਗੇ ਫਿਰ? ਅਤੇ ਘਰ ਵਾਲਾ ਕੀ ਕਰੂਗਾ ਜੀ? ਉਹ ਵਿਚਾਰਾ ਪੋਚੇ ਮੈਨੂੰ ਲੱਗਦਾ। ਨਹੀਂ, ਉਸਕੀ ਮਰਜ਼ੀ ਹੈ, ਜੋ ਮਰਜ਼ੀ ਕਰੇ, ਸਰਵਿਸ ਕਰੇ, ਜੋ ਮਰਜ਼ੀ ਕਰੇ, ਮੈਨੂੰ ਬਿਜ਼ਨਸ ਕਰਨਾ ਹੈ। ਆਪਕੋ ਬਿਜ਼ਨਸ ਕਰਨਾ ਹੈ, ਉਹ ਭਾਵੇਂ ਜੋ ਮਰਜ਼ੀ ਕਰੇ। ਜੋ ਮਰਜ਼ੀ ਕਰੇ, ਜੋ ਮਰਜ਼ੀ ਕਰੇ, ਲੇਕਿਨ ਨਹੀਂ ਨਹੀਂ, ਲੇਕਿਨ ਮੇਕੋ ਮਤਲਬ ਖੁਸ਼ ਰੱਖੇ। ਅੱਛਾ ਹਾਂ, ਇਹ ਆਈ ਨਾ, ਮੈਂ ਕਿਹਾ ਵੀ ਉਹ ਤਾਂ ਘਰ ਵਾਲਾ ਬਾਗੋ ਬਾਗੀ ਹੋ ਗਿਆ ਵੀ, ਜੋ ਮਰਜ਼ੀ ਕਰੇ ਹੈ ਯਾਰ। ਨਹੀਂ, ਮੈਨੂੰ ਖੁਸ਼ ਰੱਖੇ। ਹਾਂ, ਆਪਕੋ ਖੁਸ਼ ਰੱਖੇ, ਇਹ ਤਾਂ ਹਾਂ ਜੀ ਨਹੀਂ, ਖੁਸ਼ ਰੱਖੂਗਾ ਜੀ, ਕੋਈ ਚੱਕਰ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬੜੀਆ ਜੀ, ਆਪ ਸੁਣਾਓ? ਬੜੀਆ ਜੀ। ਆਹ ਜਿਹੜਾ ਨੱਗ ਪਾਇਆ ਜੀ, ਇਹਦਾ ਕੀ ਮਤਲਬ ਹੈ ਜੀ? ਜਿਸਕੋ ਗੁੱਸਾ ਜ਼ਿਆਦਾ ਆਤਾ ਹੈ ਨਾ, ਉਹ ਇਹ ਪਹਿਨ ਲੇਤਾ ਹੈ। ਜਿਸਕੋ ਗੁੱਸਾ ਜ਼ਿਆਦਾ ਆਤਾ ਹੈ? ਆਪਕੋ ਬਹੁਤ ਗੁੱਸਾ ਆਤਾ ਹੈ? ਆਤਾ ਹੀ ਹੈ। ਬਸ ਤੁਸੀਂ ਮੈਨੂੰ ਗੁੱਸਾ ਹੀ ਕਰਨਾ ਹੈ। ਠੀਕ ਹੈ ਜੀ, ਠੀਕ ਹੈ। ਹਾਂ ਬਈ, ਫੁੱਟਬਾਲ ਖੇਲਣੀ ਆਉਂਦੀ ਹੈ? ਮੈਂ ਤਾਂ ਖੇਡ ਹੀ ਨਹੀਂ ਰਿਹਾ ਜੀ ਫੁੱਟਬਾਲ। ਫੁੱਟਬਾਲ ਖੇਲਣੀ ਆਉਂਦੀ ਹੈ? ਮੈਂ ਕਹਿ ਰਿਹਾ, ਮੈਂ ਖੇਡ ਹੀ ਨਹੀਂ ਰਿਹਾ ਜੀ ਫੁੱਟਬਾਲ। ਕਿਉਂ ਨਹੀਂ ਖੇਲ ਰਹੇ ਫੁੱਟਬਾਲ? ਚੱਕੇ ਮਾਰੇ ਤੂੰ ਮੈਨੂੰ? ਫੁੱਟੇ ਭੱਜੇ ਜੀ? ਹਾਂਜੀ, ਕਮਾਲ ਹੋ ਗਿਆ, ਫੁੱਟਬਾਲ ਦੇ ਫੁੱਟਬਾਲ ਵੱਜ ਗਿਆ। ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਹੈ। ਅੱਛਾ ਜੀ, ਹਾਂ, ਫੁੱਟਬਾਲ ਕਿੰਨੇ ਮਾਰੀ ਹੈ? ਮੈਂ ਨਹੀਂ ਮਾਰੀ। ਫੁੱਟਬਾਲ ਤਾਂ ਤੁਮ ਹੀ ਖੇਲ ਰਹੇ ਹੋ। ਅੱਛਾ, ਮੈਂ ਹੀ ਦੇਖਦਾ ਤੈਨੂੰ? ਹਾਂ, ਅਭੀ ਅਭੀ ਤੁਮ ਹੀ ਦੇਖਾ। ਅਭੀ ਅਭੀ ਮੈਂ ਹੀ ਦੇਖਿਆ? ਹਾਂ, ਫੁੱਟਬਾਲ ਚੱਕੇ ਮਾਰੀ ਹੈ ਤੂੰ ਮੈਨੂੰ? ਕਭੀ ਕਭੀ ਵੀ ਮੈਂ ਦੇਖਿਆ? ਨਹੀਂ ਨਹੀਂ ਦੇਖਿਆ। ਨਹੀਂ, ਮੈਂ ਨਹੀਂ ਮਾਰੀ ਤੁਹਾਡੇ। ਨਹੀਂ ਜੀ, ਤੁਸੀਂ ਮਾਰੀ ਹੈ। ਤੁਸੀਂ ਬਸ ਇਤਨਾ ਜ਼ਿਆਦਾ ਦਿਲ ਤੇ ਨਹੀਂ ਲੈਣੀ ਗੱਲ। ਪਰ ਮੈਂ ਨਹੀਂ ਮਾਰੀ, ਤੂੰ ਹੀ ਮਾਰੀ ਹੈ। ਗਾਣਾ ਸੁਣਾਓ ਰਾਜੇ, ਗਾਣਾ ਸੁਣਾਓ ਰਾਜੇ, ਗਾਣਾ ਸੁਣਾਓ, ਗੁੱਸਾ ਨਹੀਂ ਕਰਨਾ। ਨਾ ਤੂੰ ਹਮੇ ਜਾਣੋ, ਨਾ ਹਮ ਤੁਮੇ ਜਾਣੇ, ਮਗਰ ਲਗਤਾ ਹੈ ਕੁਛ ਐਸਾ ਮੇਰਾ। ਉੱਚੀ ਲੰਬੀ ਤੇ ਮਨਮੋਹਣੀ ਜਿਹੀ ਗੱਲ, ਉਹਨੂੰ ਵੀ ਮੇਰੇ ਵਾਂਗ ਬਹੁਤ ਫੁਰਦੀ ਸੀ। ਉਹ ਗਲੀਆਂ ਦੇ ਵਿੱਚ ਮਟਕ ਮਟਕ ਕੇ ਤੁਰਦੀ ਸੀ ਤੇ ਮੈਨੂੰ ਪਤਾ ਕੀ ਕਹਿੰਦੀ ਸੀ? ਭਾਂਡੇ ਲੈ ਲਓ, ਭਾਂਡੇ, ਭਾਂਡੇ, ਬਰਤਨ, ਰਵਨੀਤ ਦੇ ਬਰਤਨ। ਕੀ ਹਾਲ ਚਾਲ ਜੀ? ਵਧੀਆ ਜੀ, ਵਧੀਆ ਜੀ। ਹਾਂਜੀ, ਤੁਸੀਂ ਬਿਲੋਂਗ ਕਰਦੇ ਹੋ ਜੀ? ਮੈਂ ਸਾਦਾਪੁਰ ਮੋਹਾਲੀ। ਸਾਦਾਪੁਰ ਮੋਹਾਲੀ, ਹਾਂਜੀ। ਕੀ ਏਮ ਹੈ ਜੀ ਜ਼ਿੰਦਗੀ ਦਾ? ਮੈਨੂੰ ਲੈਕਚਰਰ ਬਣਨਾ ਹੈ। ਲੈਕਚਰਰ? ਹਾਂਜੀ। ਪੜਾਉਂਗੇ ਜੀ ਫਿਰ? ਹਾਂਜੀ।
ਚਲੋ ਠੀਕ ਹੈ ਜੀ ਮੈਂ ਉੱਥੇ ਬਹਿਣਾ ਹਾਂਜੀ ਤੁਸੀਂ ਪੜਾਉਣਾ ਜੀ ਓਕੇ ਹਾਂਜੀ ਗੁੱਡ ਮਾਰਨਿੰਗ ਮੈਮ ਬੈਜੋ ਜਿੱਦਾਂ ਬੈਂਕਾਂ 'ਚ ਕੰਪਿਊਟਰ ਲੱਗੇ ਹੁੰਦੇ ਆ ਹਾਂਜੀ ਹਾਂਜੀ ਉੱਥੇ ਆ ਮੂਵੀਜ਼ ਦੇਖਦੇ ਨੇ ਉੱਥੇ ਜਾ ਕੇ ਮੂਵੀਜ਼ ਮਜ਼ਾ ਲੈਂਦੇ ਨੇ ਹਾਂਜੀ 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 ਬੈਂਕ ਵਾਲੇ ਉੱਥੇ ਦੇਦੇ ਹੀ ਮੂਵੀਆਂ ਅੱਛਾ ਮਾਊਸ ਕੀ ਹੁੰਦਾ ਹਾਂਜੀ ਮਾਊਸ ਮਾਊਸ ਚੂਹਾ ਤੁਹਾਨੂੰ ਮਾਊਸ ਦਾ ਨਹੀਂ ਪਤਾ ਕਿਹਨੇ ਲਾਈ ਹੈ ਜੀ ਪੜਾਉਣਾ ਮਾਊਸ ਚੂਹਾ ਜੀ ਅੱਛਾ ਹਾਂਜੀ ਹਾਂਜੀ ਅੱਛਾ ਕੀਬੋਰਡ ਦੇਖਿਆ ਕੀਬੋਰਡ ਹਾਂਜੀ ਕੀਬੋਰਡ ਦੇਖਿਆ ਕੀਬੋਰਡ ਹਾਂ ਪੜਨ ਆਇਆ ਜੀ ਮੈਂ ਫੀਸ ਦਿੱਤੀ 40000 ਪੜਾਓ ਜੀ ਤੁਸੀਂ ਕੰਪਿਊਟਰ 'ਚ ਲਿਖੋਗੇ ਕੰਪਿਊਟਰ ਦੇ ਅੰਦਰ ਜਾਏਗਾ ਕੀਬੋਰਡ ਦੇ ਥਰੂ ਹੀ ਤਾਂ ਜਾਏਗਾ ਕੰਪਿਊਟਰ ਦੇ ਅੰਦਰ ਜਾਊਂਗਾ ਜੀ ਮੈਂ ਹਾਂਜੀ ਮੈਂ ਕਿਵੇਂ ਜਾਊਂਗਾ ਕੰਪਿਊਟਰ ਦੇ ਅੰਦਰ ਜਿਵੇਂ ਆਹ ਕੰਪਿਊਟਰ ਹੈ ਜੀ ਤੁਸੀਂ ਨਹੀਂ ਜਾਓਗੇ ਜਿਹੜਾ ਉਸ ਜਿੱਦਾਂ ਤੁਸੀਂ ਆਪਣਾ ਨਾਂ ਲਿਖਣਾ ਹੈ ਮੈਂ ਜਿੱਦਾਂ ਨਾਂ ਲਿਖਣਾ ਜੀ ਹਾਂਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਨਹੀਂ ਜਾਣਦੇ ਜੀ ਦੁਨੀਆ ਪਾਣੀ ਭਰਦੀ ਹੈ ਜੀ ਪਿੰਡ ਪੂਰਾ ਜਾਣਦੇ ਤੁਸੀਂ ਨਾਂ ਨਹੀਂ ਜਾਣਦੇ ਹਾਂਜੀ ਰਵਨੀਤ ਹੈ ਜੀ ਨਾਂ ਅੱਛਾ ਹਾਂਜੀ ਤੁਸੀਂ ਰਵਨੀਤ ਲਿਖਣਾ ਹੁਣ ਕਿੱਦਾਂ ਲਿਖੋਗੇ ਉਹ ਜਿਹੜਾ ਹੁੰਦਾ ਜੀ ਟੱਕ ਟੱਕ ਉਹ ਹੀ ਤਾਂ ਹੁੰਦਾ ਫਿਰ ਹਾਂਜੀ ਉਹ ਹੀ ਟੱਕ ਟੱਕ ਹੀ ਤਾਂ ਹੁੰਦਾ ਅੱਛਾ ਉਹ ਟੱਕ ਟੱਕ ਨੂੰ ਕੀਬੋਰਡ ਕਹਿੰਦੇ ਜੀ ਬਹੁਤ ਵਧੀਆ ਬਹੁਤ ਵਧੀਆ ਉਹ ਬੱਲੇ 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 ਅੱਛਾ ਉਨੀ ਕੀ ਖੜੀ ਹੋ ਗਈ ਉਨੀ ਕੀ ਬਹਿ ਗਈ ਲੋਕ ਤਾਂ 10-10 ਲੱਖ ਦਿੰਦੇ ਆ ਕੈਨੇਡਾ ਜਾਣ ਨੂੰ ਤੂੰ ਕਿਸੇ ਦੇ ਬੈਗ 'ਚ ਹੀ ਵੜ ਜੀ ਹਾਂ ਮੈਂ ਜਾਣਾ ਹੀ ਨਹੀਂ ਨਾ ਪਤਾ ਹੀ ਲੱਗਣਾ ਕਦੋਂ ਕਿਧਰ ਲੰਘ ਜਾਣਾ ਹੀ ਨਹੀਂ ਜਾਂਦੀ ਕੈਨੇਡਾ ਮੈਂ ਤਾਂ ਯੂਐਸਏ ਜਾਣਾ ਯੂਐਸਏ ਬਸ ਜਿਹੜਾ ਜਾਂਦਾ ਹੋਇਆ ਅਗਲੇ ਦੇ ਬੈਗ 'ਚ ਵੀਜ਼ਾ ਲਵਾ ਕੇ ਜਾਵਾਂ ਉਹ ਵੀਜ਼ਾ ਬੋਦਾ ਐਂ ਵੜ ਜੇ ਬਸ ਬੈਗ 'ਚ ਗੋਲ ਗੱਪਾ ਜਿਹਾ ਲੱਗਦਾ ਮੈਨੂੰ ਤਾਂ ਇਹ ਪਤਾ ਨਹੀਂ ਆਟੇ ਵਾਲਾ ਕਿ ਸੂਜੀ ਵਾਲਾ ਇੱਕ ਤਾਂ ਪੜ੍ਹਾਈ ਨਹੀਂ ਦੱਬ ਲਿਆ ਹਾਂਜੀ ਨਾਂ ਤੁਹਾਡਾ ਕੋਮਲ ਖੁਰਾਨਾ ਕੋਮਲ ਖੁਰਾਨਾ ਸਾਹਿਬ ਵੀ ਇੱਦਾਂ ਹੈ ਮੇਰੇ ਥੋੜ੍ਹੇ ਜਿਹੇ ਵਾਲ ਨਾ ਖਰਾਬ ਜਿਹੇ ਹੋ ਗਏ ਥੋੜ੍ਹੇ ਸੈੱਟ ਕਰ ਲਓ ਬਰਾਬਰ ਤਾਂ ਹੋਣਾ ਹੈ ਤੁਸੀਂ ਕਿੱਦਾਂ ਜੀ ਮੈਂ ਤਾਂ ਊਂ ਹੀ ਉੱਧਰ ਫਿਰਦਾ ਰਿਹਾ ਭਲਵਾਨ ਸਾਹਿਬ ਆ ਬੈਠੇ ਕੀ ਕਾਹਦਾ ਕੰਮ ਹੈ ਜੀ ਕਰਿਆਨੇ ਦਾ ਬੱਲੇ ਫਿਰ ਮੈਨੂੰ ਲੱਗਦਾ ਤੁਸੀਂ ਵੇਚਦੇ ਤਾਂ ਹੈ ਨਹੀਂ ਇੱਧਰ ਲੱਗੀ ਜਾਂਦਾ ਕਰਿਆਨਾ ਤੇ ਇਹ ਦੱਸੋ ਵੀ ਕੋਈ ਇਹੋ ਜਿਹਾ ਕੰਮ ਜਿਹੜਾ ਤੁਸੀਂ ਤੁਹਾਡਾ ਡ੍ਰੀਮ ਹੋਵੇ ਪਰ ਤੁਹਾਨੂੰ ਲੱਗਦਾ ਹੋਵੇ ਵੀ ਇਹ ਮੇਰੇ ਤੋਂ ਪੂਰਾ ਵੀ ਨਹੀਂ ਹੋਣਾ ਮੈਂ ਵਧੀਆ ਡਰੈਸਾਂ ਪਾਉਣੀ ਚਾਹੁੰਦੀ ਵਧੀਆ ਡਰੈਸਾਂ ਪਾਉਣੀ ਚਾਹੁੰਦੀ ਹਾਂ ਪਰ ਪਾ ਨਹੀਂ ਸਕਦੀ ਹਾਂ ਅੱਛਾ ਹਾਂ ਇਹ ਗੱਲ ਵਧੀਆ ਮੈਂ ਵਧੀਆ ਡਰੈਸਾਂ ਪਾਉਣੀਆਂ ਚਾਹੁੰਦੀ ਹਾਂ ਨਾ ਉਹਨੂੰ ਖੁੱਲ੍ਹੀ ਕਰ ਦਿਉ ਕੋਈ ਚੱਕਰ ਨਹੀਂ ਜਾਂ ਫਿਰ ਜਿੰਮ ਲਾ ਲਓ ਭੱਜਿਆ ਕਰੋ ਫਿਰ ਠੀਕ ਹੈ ਨਾ ਆਪੇ ਵਧੀਆ ਡਰੈਸਾਂ ਤੁਸੀਂ ਪਾਉਣੀਆਂ ਕੋਈ ਚੱਕਰ ਨਹੀਂ ਤੇ ਸੁਣਾਓ ਜੀ ਗੀਤ ਸਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ 'ਚ ਸਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ 'ਚ ਮੈਂ ਤੁਹਾਂ ਵੀ ਨਹੀਂ ਹੋਣੀ ਅੱਛਾ ਇਹਨੂੰ ਚੱਕੋ ਹਾਂ ਨੋ ਨਾ ਨਾ ਚੱਕੋ ਪਤਾ ਲੱਗ ਜੇ ਵੀ ਥੋੜੇ ਜ਼ੋਰ ਹੈ ਕਿ ਨਹੀਂ ਹੋਊਗਾ ਮੈਨੂੰ ਜੇ ਇੰਨਾ ਜ਼ੋਰ ਨਹੀਂ ਭੈਣ ਇਹਨੂੰ ਕਹਿ ਮੜਾ ਇਹਨੂੰ ਪ੍ਰੈਕਟਿਸ ਤਾਂ ਕਰ ਖਾਂਦੇ ਪੀਂਦੇ ਘਰੋਂ ਆ ਕਿਉਂ ਬਈ ਚੱਕ ਖਿੱਚ ਕੇ ਖਿੱਚ ਕੀ ਨਾਂ ਜੀ ਮੇਰਾ ਨਾਮ ਪ੍ਰਤੀਕ ਰਾਜਪੂਤ ਆ ਜੀ ਪ੍ਰਤੀਕ ਰਾਜਪੂਤ ਹਾਂ ਜੀ ਗਰਲਫ੍ਰੈਂਡ ਹੈਗੀ ਗਰਲਫ੍ਰੈਂਡ ਦਾ ਜੀ ਮਾੜੇ ਹਾਲਾਤ ਹੈ ਨਹੀਂ ਗਰਲਫ੍ਰੈਂਡ ਦੇ ਮਾੜੇ ਹਾਲਾਤ ਤੇਰੇ ਹਾਲ ਕੀ ਕਹਿ ਕੀ ਗਿਆ ਤੂੰ ਬਾ ਜੀ ਪੁੱਛੋ ਨਾ ਗਰਲਫ੍ਰੈਂਡ ਦੇ ਤੇ ਗਰਲਫ੍ਰੈਂਡ ਜਿਹੜਾ ਗਰਲਫ੍ਰੈਂਡ ਕਰਦਾ ਹੋਵੇ ਉਹਦਾ ਮਾੜਾ ਹਾਲ ਹੀ ਹੋਊਗਾ ਇੱਦਾਂ ਵੀ ਜਿਹੜੀ ਕੁੜੀ ਨੂੰ ਪਸੰਦ ਕਰਦੇ ਹੋ ਤੁਸੀਂ ਨਾਮ ਨਹੀਂ ਲੈਣਾ ਕੋਈ ਚੱਕਰ ਨਹੀਂ ਉਸੇ ਨੂੰ ਪ੍ਰਪੋਜ਼ ਮਾਰਨਾ ਇਟਸ ਟੂ ਹੌਟ ਏਸੀ ਲਵਾ ਦਿੰਦੇ ਹਾਂ ਜੇ ਗਰਮੀ ਲੱਗ ਰਹੀ ਹੈ ਸ਼ਟ ਅਪ ਪਾਂਡੇ ਮੈਂ ਕਿਹਾ ਜਨਾਬ ਗੱਲ ਤਾਂ ਕਰ ਲਿਓ ਐਡੇ ਵੀ ਮਾੜੇ ਨਹੀਂ ਪਿੰਡਾਂ ਵਾਲੇ ਬੋਲੋ ਮੈਂ ਤੁਹਾਡਾ ਜੀ ਰੋਜ਼ ਟਾਈਮ ਚੱਕਦਾ ਹਾਂ ਟਾਈਮ ਚੱਕਦਾ ਜਿਵੇਂ ਪਾਪਾ ਨੂੰ ਦੱਸਦਾ ਉਹਨੇ ਚੱਕ ਕੇ ਸੁੱਟਣਾ ਤੈਨੂੰ ਪਾਪਾ ਨੂੰ ਵੀ ਸਾਂਭ ਲਿਓ ਮੈਂ ਆਪੇ ਟੈਨਸ਼ਨ ਕਿਸ ਗੱਲ ਦੀ ਆ ਅੱਛਾ ਹਾਂ ਜੀ ਨੱਕ ਦੇਖਿਆ ਨੱਕ ਦੇਖਿਆ ਥੋੜਾ ਮੋਟਾ ਆ ਪਰ ਮੋਟਾ ਨਹੀਂ ਸਾਡੀ ਕੰਮ ਵਾਲੀ ਵਰਗਾ ਮੈਨੂੰ ਉਹ ਚੇਤਾ ਆ ਜਾਂਦੀ ਜਦੋਂ ਮੈਂ ਤੁਹਾਨੂੰ ਦੇਖਦੀ ਹਾਂ ਮੈਂ ਲਾਈਕ ਕਰਦਾ ਜੀ ਤੁਹਾਨੂੰ ਹੈ ਲਾਈਕ ਕਰਦਾ ਜੀ ਲਾਈਕ ਕਰਦਾ ਸਾਡੇ ਕੋਈ ਨਹੀਂ ਐਡੇ ਨਖਰੇ ਵੀ ਨਹੀਂ ਸਹਿਣ ਕਰਨੇ ਹਾਂ ਗੈਟ ਲੋਸ ਪਾਂਡੇ ਜੱਟਾਂ ਨੂੰ ਹੋਰ ਬਥੇਰੀਆਂ ਚਲੋ ਜੀ ਸੁਣਾਓ
ਵੱਡੇ ਕਰਦੀ ਨੇ ਕੰਨੇ ਤੇਰੇ ਸਾਡੇ ਨਾਲ ਯਾਰਾਂ ਨੇ ਤੂੰ ਪਾਉਣੀ ਹੈ ਬ੍ਰਾਂਡ ਪਾਵਾਂ ਕੁੜਤੇ ਪਜਾਮੇ ਫਿਰ ਮੈਂ ਕੁੜੀ ਵੀ ਬਣਾ ਫਿਰ ਚਲੋ ਵੱਡੇ ਕਰਦੀ ਨੇ ਕੰਨੇ ਤੇਰੇ ਸਾਡੇ ਨਾਲ ਯਾਰਾਂ ਨੇ ਪਾਉਂਦੀ ਹੈ ਬ੍ਰਾਂਡ ਪਾਵਾਂ ਕੁੜਤੇ ਪਜਾਮੇ ਤੂੰ ਦਿੰਦੀ ਫਿਰ ਪਾਰਟੀ ਆਈਫੋਨ ਦੀ ਤੂੰ ਦਿੰਦੀ ਫਿਰ ਪਾਰਟੀ ਆਈਫੋਨ ਦੀ ਸਾਡਾ ਚਾਈਨਾ ਵਾਲਾ ਚੱਕ ਹੋ ਗਿਆ ਜੇ ਚੰਡੀਗੜ੍ਹ ਵਾਲੀ ਸਾਡੀ ਰੁੱਸ ਜੇ ਜੇ ਪਲਸਰ ਵਾਲੀ ਸਾਡੀ ਰੁੱਸ ਜੇ ਪਲਸਰ ਦਿਖਾਉਣੀ ਪੈਂਦੀ ਆ ਅਰੇ ਲੜਕੀ ਪਲਸਰ ਪੇ ਦੇਖੀ ਕਦੀ ਪਾਂਡੇ ਦੇਖੀ ਆ ਜੀ ਬਿਲਕੁਲ ਦੇਖੀ ਆ ਮਠਾਈ ਵੀ ਹੈਗੀ ਆ ਸੁਣਾਓ 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 ਬਹੁਤ ਵਧੀਆ ਚੰਡੀਗੜ੍ਹ ਵਾਲੀ ਸਾਡੀ ਰੁੱਸ ਜੇ ਉਹਨੂੰ ਫਿਲਮ ਦਿਖਾਉਣੀ ਪੈਂਦੀ ਆ ਕਰ ਦਿੰਦੀਆਂ ਨੇ ਨੰਗ ਬੰਦਾ ਹੋ ਜਾਂਦਾ ਤੰਗ ਹੱਥ ਜੋੜ ਗੇੜੀ ਲਾਉਣੀ ਪੈਂਦੀ ਆ ਪਾਂਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੂਟਾਂ ਵਿੱਚ ਵੇਖ ਤੈਨੂੰ ਆਉਂਦਾ ਏ ਨਜ਼ਾਰਾ ਇਹ ਮੇਕਅਪ ਲਾਇਆ ਜਾਂ ਥੱਪਿਆ ਏ ਗਾਰਾ ਮੇਕਅਪ ਗਾਰਾ ਕੀ ਨਾਮ ਹੈ ਤੁਹਾਡਾ ਨੀਤੀ ਸਹਿਗਲ ਨੀਤੀ ਸਹਿਗਲ ਅੱਛਾ ਅੱਛਾ ਡ੍ਰੀਮ ਘੁੰਮਣ ਦਾ ਕਿਹੜਾ ਸ਼ਹਿਰ 'ਚ ਕਿਹੜੀ ਕੰਟਰੀ 'ਚ ਕੈਨੇਡਾ ਇਹ ਕੈਨੇਡਾ ਉਹ ਤਾਂ ਗਾਹਾਂ ਇਹੀ ਉਡੀਕਦੇ ਨੇ ਵੀ ਨੀਤੀ ਆ ਜਾ ਨੀਤੀ ਆ ਕੈਨੇਡਾ ਕਿਉਂ ਜਾਣਾ ਯਾਰਾਂ ਨਾਲ ਬਹਾਰਾਂ ਸਹੇਲੀਆਂ ਨਾਲ ਡੈਸ਼ ਇੱਕ ਵਰਡ ਯਾਰਾਂ ਨਾਲ ਬਹਾਰਾਂ ਸਹੇਲੀਆਂ ਨਾਲ ਯਾਰਾਂ ਨਾਲ ਬਹਾਰਾਂ ਸਹੇਲੀਆਂ ਨਾਲ ਇਹ ਜਾਣ ਕੇ ਨਹੀਂ ਬੋਲਦੀ ਕਿਉਂਕਿ ਉਹਨੂੰ ਪਤਾ ਚੁਗਲੀ ਆ ਬੈਸਟ ਫਰੈਂਡ ਕਿਹੜੀ ਤੁਹਾਡੀ ਇਹਦਾ ਕੀ ਨਾਮ ਹੈ ਨਿਹਾਰਿਕਾ ਨਿਹਾਰਿਕਾ ਇਹ ਬਾਲਾਂ ਤੇ ਚੰਗਾ ਪੈਸਾ ਲਾਇਆ ਲੱਗਦਾ ਮੈਨੂੰ ਕਿੰਨਾ ਕੁ ਲਾਇਆ 2500 ਰੁਪਏ ਬਾਲਾਂ ਦੇ ਲਾਦਾ ਬਸ ਪਹਿਲਾਂ ਕਿੱਧਰੇ ਸੀਗੇ ਪਹਿਲਾਂ ਖਰਾਬ ਹੋ ਗਏ ਸੀ ਪਹਿਲਾਂ ਖਰਾਬ ਹੋ ਗਏ ਸੀਗੇ ਹੁਣ ਠੀਕ ਹੋ ਗਏ ਹੁਣ ਤਾਂ ਮੈਂ ਲੱਗਦੀ ਕਟਰੀਨਾ ਲੱਗਦੀ ਮੈਂ ਮਾਤ ਪਾਦੀ ਨਹੀਂ ਨਹੀਂ ਸ਼ੋਅ ਦੇਖਦੇ ਹੋ ਹਾਂਜੀ ਕਿੰਨੀ ਕਿੰਨਾ ਜਿਹੜਾ ਵੀ ਐਪੀਸੋਡ ਆਉਂਦਾ ਕੋਈ ਐਪੀਸੋਡ ਨਹੀਂ ਮਿਸ ਕੀਤਾ ਪਰਿਵਾਰ ਸਮੇਤ ਹਾਂਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਅਸੀਂ ਤੇ ਤੁਹਾਡੇ ਬਹੁਤ ਵੱਡੇ ਫੈਨ ਆ ਕਿੰਨੇ ਕੁ ਵੱਡੇ ਮੈਨੂੰ ਕਿਹਦਾ ਪਤਾ ਲੱਗੂਗੀ ਕਿੰਨੇ ਕੁ ਵੱਡੇ ਇਹ ਕੀ ਹੈ ਜੀ ਗਹਿਣੇ ਕੱਟੇ ਬੱਲੇ ਬੱਲੇ ਮੂਰਾ ਊਹ ਇਹ ਤੁਸੀਂ ਬਣਾਏ ਜੀ ਹਾਂਜੀ ਉਹਨਾਂ ਨੇ ਮਿਲ ਕੇ ਥੈਂਕ ਯੂ ਜੀ ਥੈਂਕ ਯੂ ਰੱਬ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀਆਂ ਦੇਵੇ ਸੋ ਇਹਨਾਂ ਨੇ ਬਹੁਤ ਕੁਝ ਲਿਖਿਆ ਜੀ ਮੇਰੇ ਵਾਸਤੇ ਇੰਗਲਿਸ਼ ਦੇ ਵਿੱਚ ਅਤੇ ਮੈਂ ਉਹਨਾਂ ਚਿਰ ਪੜ੍ਹਦਾ ਨਾਲੇ ਫੋਟੋਆਂ ਦੇਖਦਾ ਜੀ ਆਪਣੀਆਂ ਤੁਸੀਂ ਲੈ ਲਓ ਜੀ ਇੱਕ ਛੋਟਾ ਜਿਹਾ ਬ੍ਰੇਕ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਅਤੇ AIMT ਕੈਂਪਸ ਅੰਬਾਲੇ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਐਲਬਮ ਬਹੁਤ ਸੋਹਣੀ ਸੀਗੀ ਜੀ ਅਤੇ ਹੁਣ ਆਪਾਂ ਆ ਗਏ ਜੀ ਬਾਹਰ ਬਾਹਰ ਦਾ ਮਾਹੌਲ ਵੀ ਬਹੁਤ ਵਧੀਆ ਕੀ ਨਾਂ ਹੈ ਜੀ ਸੋਨਮ ਕਹਾਂ ਕਹਾਂ ਰਹਿੰਦੇ ਹੋ ਮਾਨਵ ਚੌਂਕ ਹੈ ਮਾਨਵ ਚੌਂਕ ਮਾਨਵ ਚੌਂਕ ਚੌਂਕ ਦੀ ਪੈਣੇ ਲੰਮੇ ਲਾਈਫ ਕੀ ਹੈ ਲਾਈਫ ਸਾਰਾ ਜ਼ੋਰ ਬਸ ਨਾ ਸੁੰਦਰਤਾ ਇਹਦਾ ਹੀ ਦਿੱਤਾ ਵਾ ਵੀ ਕਰੀਮ ਲਾ ਲਈ ਆ ਵਾਲਾਂ ਦਾ ਐਮ ਨਾਲ ਆਤਾ ਹੈ ਆਪਕੋ ਕਿਆ ਆਤਾ ਹੈ ਮੈਂ ਜੋ ਪੁੱਛ ਰਹਾ ਹੂੰ ਮੈਨੇ ਕਹਾ ਲਾਈਫ ਕਿਆ ਹੈ ਆਪਕੇ ਲਈ ਆਪਨੇ ਕਹਤੇ ਲਾਈਫ ਲਾਈਫ ਇਜ਼ ਇੰਜੋਇਮੈਂਟ ਇਹ ਤਾਂ ਉਹਨਾਂ ਦੀ ਹੈ ਜੀ ਬਟ ਸਭ ਕੀ ਹੋਈ ਹੁੰਦੀ ਹੈ ਅੱਛਾ ਕਾਪੀ ਮਾਰੀ ਚੱਲੋ ਬਸ ਨਕਲ ਪੇਪਰ ਹੋ ਗਏ ਹਾਂਜੀ ਸਪਲੀ ਨੋ ਨਹੀਂ ਮੈਂ ਪੁੱਛਿਆ ਜੀ ਨੋ ਮਾਜੰਗੂ ਪੈ ਗਈ ਨਾ ਪਿਆਰ ਨਾਲ ਕਿਤੇ ਹੁੰਦਾ ਵੀ ਨੋ ਯਾਰ ਸਪਲੀ ਨਹੀਂ ਹੈ ਇੱਦਾਂ ਪਿਆਰ ਨਾਲ ਬੋਲਦਾ ਤੁਸੀਂ ਕਿੰਨੇ ਕਿਊਟ ਜਿਹੇ ਲੱਗਦੇ ਹੋ ਬੋਲਿਆ ਵੀ ਕਿਊਟ ਕਰੋ ਸ਼ਕਲ ਤਾਂ ਤੁਸੀਂ ਬਹੁਤ ਪਿਆਰੇ ਹੋ ਥੈਂਕ ਯੂ ਪਰ ਜਦੋਂ ਬੋਲਦੇ ਹੋ ਨਾ ਓਕੇ ਡਿਮਾਂਡਾਂ ਕਰਦੇ ਹੋ ਨਾ ਘਰਦਿਆਂ ਨੂੰ ਹਾਂ ਹੋ ਜਾਂਦੀਆਂ ਡਿਮਾਂਡ ਮੰਮੀ ਜ਼ਿਆਦਾ ਮੰਨਦੇ ਹਨ ਡਿਮਾਂਡ ਜਾਂ ਪਾਪਾ ਦੋਨੋਂ ਕੋਈ ਬੋਲ ਦੋ ਤਾਂ ਦੋਨੋਂ ਹੀ ਮੰਨ ਲੈਂਦੇ ਆ ਅੱਛਾ 10,000 ਰੁਪਏ ਪੇ ਦਹੀਂ ਉਹ ਦੇਦੀ ਬਾਪੂ ਤੂੰ ਵੀ 10,000 ਦੇ ਦੇ 20,000 ਚੱਕਿਆ ਆਪਣਾ ਤੁਰ ਪਏ ਹੈ ਜੀ ਹੱਸਦੀ ਨਹੀਂ ਪਤਾ ਕੀ ਚੱਕਰ ਹੈ ਇਹ ਬਿਊਟੀ ਪਾਰਲਰ ਵਾਲਿਆਂ ਨਾਲ ਤਿਆਰ ਕਰਕੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਡੈਕੋਰੇਟ ਤਾਂ ਕਰ ਦਿੰਦਾ ਵੀ ਜੇ ਤੁਸੀਂ ਬਹੁਤਾ ਹੱਸੇ ਫਿਰ ਮੇਰੀ ਕੋਈ ਗਰੰਟੀ ਨਹੀਂ ਫਿਰ ਇਹਨੇ ਹਾਸਾ ਆਉਂਦਾ ਵੀ ਹੈ ਪਰ ਕਿਤੇ ਜਿਹੜੀ ਕਰੀਮ ਲਾਈ ਹੈ ਕਿਤੇ 2500 ਲਾਇਆ ਵੀ ਖਰਾਬ ਨਾ ਹੋ ਜਾਏ ਐਸਾ ਕੁਛ ਵੀ ਨਹੀਂ ਹੈ ਐਸਾ ਹੀ ਮੈਨੂੰ ਤਾਂ ਐਸਾ ਲੱਗ ਰਿਹਾ ਗੀਤ ਆਉਂਦਾ ਗੀਤ ਹਾਂ ਗੀਤ ਸੁਣਾ ਦੋਗੇ ਜੇ ਬਿਊਟੀ ਪਾਰਲਰ ਵਾਲੇ ਨੇ ਕਿਹਾ ਜੇ ਤੁਹਾਡਾ ਮੇਕਅਪ ਨਹੀਂ ਖਰਾਬ ਸੁਣਾ ਦਿਓ ਸੁਣਾ ਦਿਓ ਸੁਣਾਓ ਜੀ ਸੁਣਾਓ ਜ਼ੋਰਦਾਰ ਤਾੜੀਆਂ ਜੀ ਸੋਨਮ ਲਈ ਅੱਖੀਆਂ ਨੂੰ ਅੱਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਂ ਲੈਣ ਦੇ, ਇੱਕ ਤੂੰ ਹੀ ਬਸ ਰਵੇ ਮੇਰੇ ਸਾਹਮਣੇ, ਸਾਰੇ ਅੱਖਰ ਭੁਲਾਏ ਤੇਰੇ ਨਾਮ ਨੇ, ਅੱਜ ਕਹਿੰਦਾ ਏ ਜੋ ਦਿਲ ਇਹਨੂੰ ਕਹਿਣ ਦੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਸੋਫੀਆ। ਸੋਫੀਆ, ਤੇ ਰਾਤ ਨੂੰ 8 ਵਜੇ ਤੋਂ ਬਾਅਦ ਪੀਤੀ ਆ? ਸੋਫੀਆ। ਅੱਛਾ ਸੋਫੀਆ, ਮੈਂ ਸੋਚਿਆ ਵੀ ਸ਼ਾਮ ਦੁਪਹਿਰ ਦੀ ਨੂੰ ਰੱਖ ਲਿਆ ਸੋਫੀਆ, ਚਲੋ ਸ਼ਾਮ ਨੂੰ ਵਜੇ ਮੈਂ, ਹੁਣ ਕੀ ਨਾਮ ਹੈ? ਹੁਣ ਪੀਤੀ ਆ। ਮੈਂ ਸੋਚਿਆ ਟਾਈਮ ਨਾਲ ਨਾਮ, ਚਲੋ ਬਹੁਤ ਵਧੀਆ ਨਾਮ ਹੈ ਜੀ ਸੋਫੀਆ। ਸ਼ੌਂਕ ਕੀ ਜੀ? ਸਭ ਕੁਛ। ਨਕਲ ਉਤਾਰ ਲੈਣੀ ਨਕਲ ਕਿਸੇ ਦੀ? ਵੀ ਆਉਂਦੀ ਆ, ਸਿੰਗਿੰਗ ਵੀ ਆ, ਡਾਂਸਿੰਗ ਵੀ ਆ, ਕੁਕਿੰਗ ਵੀ ਆ, ਬਹੁਤ ਕੁਛ ਆ। ਓਏ ਤਾੜੀਆਂ ਤਾੜੀਆਂ। ਕਿਸੇ ਦੀ ਵੀ, ਕਿਸੇ ਦਾ ਵੀ ਐਕਟ ਕਰ ਦੋ। ਚਲੋ ਠੀਕ ਹੈ, ਇੱਕ ਮੈਂ ਬਜ਼ੁਰਗ ਬੰਦੇ ਦੀ ਐਕਟਿੰਗ ਕਰਨ ਜਾ ਰਹੀ ਹਾਂ। ਫੋਨ ਆਇਆ। ਟ੍ਰੇਨ। ਓਕੇ, ਹੈਲੋ, ਹਾਂਜੀ ਕੌਣ ਬੋਲ ਰਹੇ ਹੋ? ਹਾਂਜੀ ਇੱਕ ਮਿੰਟ ਬੁਲਾਉਂਦੇ ਹਾਂ। ਠੀਕ ਹੈ, ਫੋਨ ਆਇਆ। ਪਾਪਾ ਤੁਹਾਡਾ ਫੋਨ ਆਇਆ। ਹਾਏ ਹਾਏ, ਮੈਨੂੰ ਲੱਗਦਾ ਕਲਕੱਤੇ ਨਾ ਕੋਈ ਪੂਰਾ ਹੋ ਗਿਆ। ਹਾਏ, ਅੱਛਾ ਹੈਲੋ, ਹਾਂ ਭਾਈ ਕਿਆ ਹੋਇਆ? ਓਏ ਹੋਏ 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 ਹੋਏ, ਇਹ ਤਾਂ ਬੜਾ ਅਫਸੋਸ ਹੋਇਆ। ਦੇਖ ਭਾਈ, ਮੈਂ ਆਊਂਗਾ, ਦੇਖ, ਆਈ ਵਿਲ ਟ੍ਰਾਈ ਮਾਈ ਬੈਸਟ, ਚਿੰਤਾ ਨਾ ਕਰੀ। ਥੈਂਕ ਯੂ। ਆਈ ਵਿਲ ਟ੍ਰਾਈ ਮਾਈ ਬੈਸਟ, ਆਊਂਗਾ ਬੱਤਾ। ਬਹੁਤ ਵਧੀਆ, ਚਲੋ ਗੀਤ ਸੁਣਾਓ ਜੀ ਹੁਣ। ਬਾਗੇ ਵਿੱਚ ਪਿੱਤਲ ਪਿਆ, ਬਾਗੇ ਵਿੱਚ ਪਿੱਤਲ ਪਿਆ ਕੇ, ਮਾਈਏ ਮੈਨੂੰ ਅੱਖ ਮਾਰੀ, ਮੇਰਾ ਹਾਸਾ ਨਿਕਲ ਗਿਆ ਕੇ, ਮਾਈਏ ਮੈਨੂੰ ਅੱਖ ਮਾਰੀ, ਮੇਰਾ ਹਾਸਾ ਨਿਕਲ ਗਿਆ। ਕਈ ਵਾਰ ਆਦਤ ਵੀ ਹੁੰਦੀ ਹੈ ਕਿਸੇ ਨੂੰ ਐਂ ਕਰਨ ਦੀ, ਐਂ ਉਹੀ ਨਾ ਸਮਝ ਲਓ ਵੀ ਇਹਨੇ ਅੱਖ ਮਾਰੀ। ਚਲੋ ਜੀ, ਹੁਣ ਪੈ ਗਈਆਂ ਤਕਾਲਾਂ ਵੇ, ਹੁਣ ਪੈ ਗਈਆਂ ਤਕਾਲਾਂ ਵੇ ਕੇ, ਵਿੱਚ ਤੇਰੀ ਸੁੱਖ ਮੰਗਦੀ ਕੱਢਾਂ ਉੱਤੋਂ ਹੀ ਉੱਤੋਂ ਗਾਲਾਂ ਵੇ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਦੀਪਿਕਾ। ਹੈ ਜੀ? ਦੀਪਿਕਾ। ਦੀਪ, ਇਹ ਕਿੰਨਾ ਨੰਬਰ ਹੈ ਇਹਦਾ? ਆਹ ਕਿੰਨੀ ਹੈ ਜੀ? 5। ਹੁਣ 4। ਹੁਣ ਲਾ ਦੇ 5। ਹੈ 4। ਬਹੁਤ ਵਧੀਆ, ਬਹੁਤ ਵਧੀਆ। ਐਂ ਕਢਾਉਣੇ ਜਿਹਨੇ ਐਨਕਾਂ ਲਾਈਆਂ। ਦੇਖੋ ਗੀਤ ਆਉਂਦਾ, ਗੀਤ ਹਾਂਜੀ, ਗੀਤ ਸੁਣਾਓ ਫਿਰ। ਸੋਨਿਓ ਵੀ ਤੇਰੇ ਦਿਲ ਵਿੱਚ ਰਹਿਣ ਨੂੰ ਜੀ ਕਰਦਾ, ਪਰ ਕੀ ਕਰਾਂ ਵੇ ਚੱਟੀ ਤੇਰੇ ਨਹੀਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਹ ਕਿੱਦਾਂ ਜੀ, ਸਹੇਲੀ ਨੇ ਕੁੱਟਿਆ? ਨਾ ਜੀ, ਬਾਗ ਗਿਰ ਗਿਆ ਸੀ। ਸਹੇਲੀ ਨੇ ਮਾਰਿਆ ਉਹਨੂੰ ਧੱਕਾ? ਨਾ ਨਾ ਜੀ, ਬਾਥਰੂਮ ਸਲਿੱਪ ਕਰ ਗਿਆ ਸੀ। ਸ਼ੌਂਕ ਕੀ ਹੈ ਬਾਈ? ਗਾਣਾ ਸੁਣਾਉਣਾ ਚਾਹੁੰਦਾ ਜੀ। ਸੁਣਾਓ। ਕਿ ਮੰਨਿਆ ਕਿ ਪਿਆਰ ਵੀ ਜ਼ਰੂਰੀ ਹੈ, ਮੰਨਿਆ ਕਿ ਪਿਆਰ ਵੀ ਜ਼ਰੂਰੀ ਹੈ, ਪਰ ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ, ਪਰ ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ, ਰੱਬ ਵੀ ਇਹਨਾਂ ਦੇ ਮੂਹਰੇ ਚੁੱਕਦਾ। ਇਹ ਗੱਲ ਯਾਰਾ ਦਿਲੋਂ ਤੂੰ ਭੁੱਲਣਾ, ਇਹ ਗੱਲ ਯਾਰਾ ਦਿਲੋਂ ਤੂੰ ਭੁੱਲਣਾ, ਫਾਇਦਾ ਨਹੀਂ ਉਹ ਪਿੱਛੋਂ ਪਛਤਾਉਣ ਦਾ, ਉਹ ਫਾਇਦਾ ਨਹੀਂ ਉਹ ਪਿੱਛੋਂ ਪਛਤਾਉਣ ਦਾ, ਜੇ ਹੁਣ ਤੂੰ ਕਦਰ ਨਾ ਜਾਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਦਾਨਿਸ਼। ਦਾਨਿਸ਼, ਇਹਦਾ ਕੀ ਮਤਲਬ ਹੁੰਦਾ ਜੀ? ਇੰਟੈਲੀਜੈਂਟ। ਘਰਦਿਆਂ ਨੇ ਉਹਦੇ ਰੱਖਤਾ ਨਾ, ਇਹ ਵਧੀਆ ਇਹੋ ਜਿਹਾ ਨਾਂ ਰੱਖੋ, ਜਵਾਕ ਇੰਟੈਲੀਜੈਂਟ ਆਪੇ ਹੋ ਜਾਂਦਾ ਕਿ ਨਹੀਂ? ਹਾਂ, ਸਹੀ ਬਾਤ ਹੈ। ਸ਼ੌਂਕ ਕਾਹਦੇ ਤੁਹਾਨੂੰ? ਸ਼ੌਕ ਤਾਂ ਸਭ ਚੀਜ਼ ਹੋ ਗਈ ਹੈ, ਵੈਸੇ ਮੈਂ ਗਿਟਾਰਿਸਟ ਹੂੰ। ਗਿਟਾਰ, ਗਿਟਾਰ ਲੈਂਦੀ ਅੱਜ ਕਿ ਨਹੀਂ? ਨਹੀਂ, ਆਜ ਤੋਂ ਨਹੀਂ ਲਾਇਆ, ਪਤਾ ਨਹੀਂ ਤਾ ਨਾ ਯਹਾਂ ਪੇ ਸ਼ੋਰ ਹੈ। ਲਾਈਫ 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 ਕੀ ਹੈ ਤੁਹਾਡੇ ਲਈ? ਚਲੋ ਆਪ ਸਟੂਡੈਂਟ ਬਣ ਜਾਓ, ਮੈਂ ਐਂਕਰਿੰਗ ਕਰਦਾ ਹਾਂ। ਅੱਛਾ, ਹਾਂ ਚਲੋ ਠੀਕ ਹੈ, ਤੁਸੀਂ ਐਂਕਰ? ਹਾਂ, ਲਾ ਲਾ ਚਸ਼ਮਾ ਲਾ ਬੇਟੇ, ਮੈਂ ਸਟੂਡੈਂਟ। ਠੀਕ ਹੈ, ਆਪ ਸਭੀ ਕਾ ਸਵਾਗਤ ਹੈ ਇਸ ਸ਼ੋਅ ਮੇ ਕੰਟੀਨੀ ਮੰਡੀਰ। ਆਜ ਹਮ ਹੈ ਅੰਬਾਲਾ ਕੇ AIMT ਕਾਲਜ ਮੇ, ਔਰ ਮੇਰੇ ਸਾਥ ਹੈ ਇਸ ਕਾਲਜ ਕੇ ਕੁਛ ਸਟੂਡੈਂਟਸ, ਤੋ ਚਲੀਏ ਮਿਲਤੇ ਹੈ ਸਟੂਡੈਂਟਸ ਕੇ ਸਾਥ। ਹਾਂਜੀ, ਆਪਕਾ ਨਾਮ? ਨਾਮ ਨਾਮ ਰਵਨੀਤ। ਰਵਨੀਤ, ਅੱਛਾ ਨਾਮ ਹੈ। ਹਾਂਜੀ, ਕਿਆ ਕਰ ਰਹੇ ਹੋ ਆਪ ਇਸ ਕਾਲਜ ਮੇ? ਪੜ੍ਹਨੀ ਹੈ ਤਾਂ ਹੋਰ ਕਬੱਡੀ ਥੋੜ੍ਹੀ ਕੱਢੀ। ਕੋਰਸ ਕੌਣ ਸਾ ਕਰ ਰਹੇ ਹੋ? ਕੋਰਸ? ਹਾਂਜੀ, ਕੋਰਸ ਕੌਣ ਸਾ ਕਰ ਰਹੇ ਹੋ? MBA। MBA, ਅੱਛਾ ਕੌਣ ਸਾ ਈਅਰ ਆਪਕਾ? ਫਸਟ ਈਅਰ। ਫੇਵਰੇਟ ਮੈਡਮ ਕੌਣ ਸੀ ਆਪਕੀ? ਫੇਵਰੇਟ ਮੈਡਮ ਟੀਚਰ? ਹਾਂਜੀ। ਪੜ੍ਹਾਤੀ ਹੈ ਕੌਣ ਹੈ ਆਪਕੀ? ਸਾਰੇ ਵਧੀਆ। ਫਿਰ ਵੀ ਇੱਕ ਤਾਂ ਸਪੈਸ਼ਲ ਹੁੰਦੀ ਹੈ ਨਾ, ਮਤਲਬ ਇੱਕ ਜਿਸ ਸੇ ਮਨ ਕਰਤਾ ਹੈ ਹਾਂ ਪੜ੍ਹੋ। ਮਨ ਤੇਰਾ ਕਰੇ ਨਾ ਸੜਦਾ ਪੁੱਛੋ।
फिर भी कोई होएगी जिससे मतलब अट्रैक्शन सी होती है कि हाँ ये दानिश जी बड़ा पढ़िया करो। मैं तो पढ़ता हूँ आप अपनी। मैं तो तुड़ जाना इतों। आप बोल के दिखाओ ऊंट ऊंचा ऊंट की पीठ ऊंची ऊंची ऊंट की पूंछ तेज तेज बोल रहा है। ना ऊंट है ही नहीं। ऊंट तो है। लेके आओ पहले लेके। चलो किसी को बना लेते हैं ऊंट। बनाओ तुझे बनाओ तुझे हमारी ऊंट आ जा। ठीक है ये ऊंट है। जी लाओ पूछ लाओ जी। पूछ नहीं आग खोल के दिखाओ ये। पहला पूरी बढ़िया चीज होवे तुम्हारे सामने ता बोलेंगे ऐ की बोलिए। ये ऊंट है इसको मान लो पूछ लाओ पूछ लाओ। चलो जी पूरी रौनक लगिया हुई ने हूँ आप देखते जी कुड़ियों का गिद्धा गिद्धे नहीं कड़ियाँ जी सारे गहने मेरे मां प्या ने पाए इको बीज दे करदानी जदो लड़दा ते लादे लादे करदान जदो लड़दा ते लादे लादे करदानी नचा 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 नी मैं अब वांगू नचा 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 नी मैं अब वांगू नचा नच दी दे पैर जान तिल के रेंगन। सो जी मस्ती इत्थे कंटिन्यू रहेगी पर हुण वेला हो चुकिया इक छोटे जे ब्रेक दा। सो मिलदे आ जी इक छोटे जे ब्रेक तो बाद एक बार फिर स्वागत है जी थोड़े अपने फेवरेट शो कंटीनी मंडीर के जेडे हुणे हुणे थोड़ा लेट हो गए बैसरा थोड़ी गलती है जिन्हें हुणे हुणे टीवी सेट ऑन किया भाई दस दिए AIMT शहर अंबाला के पूरी रौनक लगी हुई ने बच्चे असं पूरा फन किया हूँ साढ़े व्डे वडेरे टीचर समान साढ़े नाल ने। सो प्रेजिडेंट सर ना मैं शुरुआत कर रहे हैं सर थोड़ा कॉलेज बारे दसो जी ट्रस्ट बारे दसो। भाई कॉलेज के बारे में तो ये कह सकता हूँ आप जहाँ खड़े हैं ये हमारे गुरुओं की कृपा है जी और उन्हीं की कृपा से आज हम लोग यहाँ इस इंस्टीट्यूशन में ऑनरेरी कार्य कर रहे हैं। बहुत बढ़िया जी बहुत बढ़िया। सो सेक्रेटरी साहब सत श्री अकाल जी। श्री आत्मानंद जैन हाँ जी कॉलेज ट्रस्ट एंड मैनेजमेंट सोसाइटी हाँ जी 1938 में स्टार्ट हुई थी जी। सबसे पहले ऐसे जैन कॉलेज अंबाला सिटी बना जी और आज हम उसके 75वें साल मना चुके हैं। बहुत बढ़िया। उसके बाद 1996 में आत्मानंद जैन इंस्टीट्यूट ऑफ मैनेजमेंट एंड टेक्नोलॉजी हमने स्टार्ट किया और 96 से लेकर आज तक 16-17 साल में यह संस्था खूब तरक्की कर रही है और इसमें MBA MCA BBA BCA के बहुत अच्छे स्टूडेंट बड़ी अच्छी जगहों पे यहाँ से पास आउट करके हर जगह पे लगे हुए हैं। बिल्कुल थैंक यू सो मच गल कर ली सर। तुसी कितने पढ़ते थे जी कितों पढ़े हो जी? असी भी जैन कॉलेज ही पढ़े है। सर तुहाडी उम्र बहुत वध है जी तुसी एक्सपीरियंस भी बहुत है जी पढ़े भी हो तुहानू लगता जी कितने कितने जिहड़े सर अज दे बच्चे ने वह अपने पेरेंट्स के नाल उन्ना नहीं डरते जिन्ना जो तुसी पढ़ते सीगे उदों प्यो की घूर तो भी बंदा डर जांदा सीगा पर अज पूरा जवाब देंदे जी अगों जिहड़े अजकल पूरा जवाब अजकल दे बच्चे फिर ज्यादा हाँ जी जमाना मॉडर्नाइज हो चुका है। हाँ जी हाँ जी उस नाल फिर अपने एहसास हमारे जमाने में गूगल नहीं हुआ करता था। गूगल आजकल गूगल आ गया है। गूगल जो हमें इस उम्र में पता लगता है इनको 10 साल में हाँ पता लग जाता है। बिल्कुल जी बिल्कुल तो इसलिए ये होशियार तो होंगे ही। बिल्कुल जी बिल्कुल अगर ये अपने उसी होशियारी को सही ढंग से जनरेट करें और चलाएं तो बहुत होशियार होंगे और होना भी चाहिए। बिल्कुल जी मैंने लगता है ये समय आ जाऊगा भी अगर तो उन्होंने पूछेंगे थोड़े जवाक किन्ने गूगल करेंगे भी हाउ मैनी चिल्ड्रन। बहुत वधिया लगे गल करके थैंक यू सर थैंक यू सो मच जी। तो सीनियर तो बाद असं अपने जोड़े हूँ साढ़े प्रोफेसर समान है सोहने सोहने तो इधर भी चमकते चेहरे इधर आप करते जी गलबात इन्हें पढ़ाने हो जी। हाँ जी बिल्कुल बहुत वधिया ये चीका क्यों मार दी जानी यही जानन यही जानन। ठीक है जी तुम गीत सुनाओ जी को। तुम बिन क्या है जीना क्या है जीना तुम बिन क्या है जीना तुम बिन जिया जाए कैसे कैसे जिया जाए तुम बिन सदियों से लंबी है रातें सदियों से लंबे हुए दिन आ जा लौट कर तुम। थैंक यू सो मच मैं तो समझ नहीं आती भी तुम की पढ़ाने होवोगे ये की पढ़ते होंगे
इन्हीं से पूछिए ज़्यादा अच्छा होगा। बहुत वधिया बहुत वधिया। गल इदा भी मैं तुहाडा स्टूडेंट नहीं हैगा वैसे इस कॉलेज का, तो एक कट्ठे का टूर गया जी कॉलेज, उत्थे भी मैं ना तंग कर रही थोनू, तुसी कन्न फड़ना कुछ भी करना है, तुसी सीधा करना। पहाड़ा चाहिए जी कादा टेस्ट जी इतने तो जी देखो कितना बड़ा पहाड़ जी किवें चढ़ांगे इत्थे देखो मोटिवेट देखो देखो रसे जी पढ़ाई में तो कुछ कर दो ना यहीं पे चढ़ के दिखा दो जरा आज मैं तैयारी कर रहा जी मैं सोचा सी कि इकट्ठे लाएंगे जी देखो जी क्या मौसम देखो जी ओ मैम कभी किताबों को देखा आपने इतने ध्यान से इतने अच्छे तरीके से कॉलेज में सबसे आगे बैठा करो ना हम ज्यादा ध्यान देंगे फिर आपके ऊपर आप पीछे क्यों बैठ रहे हो कल तो थोड़े गिट्टे ते ना बैठा जी मैडम ठीक है जी थैंक यू सो मच मैडम जी थैंक यू की हाल चाल जी वधिया जी ठीक है वाइफ की कर दे जी वाइफ स्कूल विच है टीचर है वो भी स्कूल तो बच्चों को गुड़ते होंगे जी हाँ दो चार छत्तर तो लाई देंगे ने तो घरे आके थोड़े भी जी वो तो रूटीन है जी वो रूटीन कितना होता है जी थोड़ा नहीं पर ऐसा प्यार बहुत करती मनु ऐसी थोड़ा डर गए भैया टीवी से देख रही है चलो ठीक है लाओ मेरी जो की अरेंज जी अरेंज कम लाओ अच्छा मैरिज होंदे होंदे लव हो गया चलो ठीक है बढ़िया जी हुंदे ही होया उस तो बात नहीं होया मैरिज होंदे होंदे लव जी गलती एक बार होंदी बार बार तो नहीं होंदी ना चलो क्लास लाओ जी जवाकों आ सारे जवाक ने जी पीछे जो पढ़ाने उवें ही पढ़ाना जी मैं थोड़ा स्टूडेंट ऐसा है कैसा है मार्केटिंग क्या होंदा पहले आ दस मार्केटिंग होंदा है जी बेचना अच्छा जी की बेचोगे तुसी कोई चीज दो मैं जो मर्जी बेच लो फड़ो पेन ਪੀਲਾ ਪੈਨ ਕਾਲਾ ਪੈਨ ਕਾਲਾ ਪੈਨ ਇੰਨਾ ਵਧੀਆ ਲਿਖ ਕੇ ਜਾਂਦੇ ਆ ਤੁਸੀਂ ਜਦੋਂ ਲਿਖੋਗੇ ਤੁਹਾਡੇ ਆਪਣੇ ਆਪ ਪੇਪਰ ਪੂਰਾ ਹੋ ਜਾਏਗਾ ਆਪਣੇ ਆਪ ਇੱਕ ਵਾਰ ਰੱਖੋ ਤੇ ਸਹੀ ਇੱਕ ਵਾਰ ਰੱਖੋ ਤੇ ਸਹੀ ਜਿਹੜੀ ਇਹਨਾਂ ਨੂੰ ਚਿੱਤਰ ਖਾਂਦੇ ਉਹ ਪੈਨ ਐਂ ਕਰਦਿਆ ਕਰੋ ਇਹ ਪੈਨ ਪੈਨ ਨਹੀਂ ਹੈਗਾ ਨਾਈਫ ਵੀ ਬਣ ਜਾਂਦਾ ਫਿਰ ਚਾਕੂ ਵੀ ਬਣ ਜਾਂਦਾ ਤੁਹਾਡੀ ਘਰੋਂ ਨਹੀਂ ਡਰਿਆ ਕਰੇਗੀ ਤੁਹਾਡੇ ਤੋਂ ਵੀਰ ਜੀ ਪੈਨ ਲਓ 50 ਰੁਪਏ ਦਾ ਪੈਨ ਵਿਕ ਗਿਆ ਜੀ ਹੈਂ ਵਿਕ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਅਸੈਸਮੈਂਟ ਚੰਗੀ ਲੱਗ ਰਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਸ਼ਾਲੂ ਸ਼ਾਲੂ ਜੀ ਹਾਂਜੀ ਤੁਸੀਂ ਬਹਿ ਗਏ ਜੀ ਅਜੇ ਤਾਂ ਲੱਭ ਰਹੇ ਆ ਮੁੰਡਾ ਚਲੋ ਠੀਕ ਹੈ ਜੀ ਸਪੋਜ਼ ਕਰੋ ਜੀ ਵਿਆਹ ਹੋ ਗਿਆ ਹੋ ਗਿਆ 1.5 ਸਾਲ ਵਿਆਹ ਇਹਨੂੰ ਉਹ ਜਿਹੜੇ ਤੁਹਾਡੇ ਹਸਬੈਂਡ ਜੀ ਹੈਗੇ ਨੇ ਉਹ ਲੇਟ ਆਉਂਦੇ ਆ ਘਰੇ ਅੱਛਾ ਠੀਕ ਹੈ ਜੀ ਤੁਸੀਂ ਫੋਨ ਕਰਨਾ ਜੀ ਠੀਕ ਹੈ ਜੀ ਅੱਛਾ ਹੈਲੋ ਹੈਲੋ ਕਿੱਥੇ ਰਹਿ ਗਏ ਤੁਸੀਂ ਉਹ ਮੈਂ ਆ ਰਿਹਾ ਆਲੂ ਆਲੂ ਨਹੀਂ ਸ਼ਾਲੂ ਉਹ ਮੈਂ ਆ ਰਿਹਾ ਡਬਲ ਕਲਾਸ ਲੱਗੇਗੀ ਨਾਮ ਹੀ ਭੁੱਲ ਗਏ ਤੁਸੀਂ ਤਾਂ ਨਹੀਂ 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 ਉਹ ਮੰਨ ਕੇ ਉਹ ਆਲੂ ਗੋਭੀ ਖਾ ਰਹੇ ਸੀ ਉਹ ਨਿਕਲ ਗਿਆ ਜਲਦੀ ਨਿਕਲ ਗਿਆ ਰੋਜ਼ ਹੀ ਤੁਸੀਂ ਆਲੂ ਗੋਭੀ ਖਾ ਰਹੇ ਹੁੰਦੇ ਹੋ ਕੀ ਗੱਲ ਜਦੋਂ ਵਿਆਹ ਹੀ ਹੈ ਸ਼ਾਲੂ ਰੋਜ਼ ਖਾਵਾਂਗੇ ਆਲੂ ਘਰੇ ਵੀ ਦਾਲ ਹੀ ਪੱਕਦੀ ਹੈ ਤੂੰ ਕਿਹੜਾ ਮੀਟ ਖਵਾਤਾ ਯਾਰ ਕਦੀ ਟਾਈਮ ਤੇ ਘਰ ਦਾ ਪਹੁੰਚੋ ਸਾਰਾ ਕੁਝ ਖਿਲਾ ਦਾਂਗੇ ਆਓ ਤਾਂ ਸਹੀ ਟਾਈਮ ਤੇ ਪਤਾ ਕੀ ਬਾਹਰ ਬਹੁਤ ਪਿਆਰ ਮਿਲਦਾ ਜੀ ਅੱਛਾ ਵਿਆਹ ਤੋਂ ਪਹਿਲੇ ਤਾਂ ਤੁਸੀਂ ਕਦੀ ਗਿਆ ਨਹੀਂ ਉਦੋਂ ਵੀ ਬਾਹਰੋਂ ਹੀ ਮਿਲਦਾ ਸੀਗਾ ਉਦੋਂ ਤੁਸੀਂ ਦਿੰਦੇ ਸੀਗੇ ਜੀ ਹੁਣ ਤੁਸੀਂ ਘਰੇ ਆ ਗਏ ਹੁਣ ਆਪਾਂ ਬਾਹਰੋਂ ਹੋਰ ਲਈਦਾ ਜੀ ਨਹੀਂ ਟਾਈਮ ਤੇ ਆ ਜਾਇਆ ਕਰੋ ਪਿਆਰ ਵੀ ਮਿਲ ਜਾਏਗਾ ਤੇ ਨਾਲ ਰੋਟੀ ਵੀ ਚੱਲਦੀ ਮਿਲ ਜਾਏਗੀ ਬਾਹਰ ਖਾਣ ਦੀ ਜ਼ਰੂਰਤ ਹੀ ਨਹੀਂ ਪਏਗੀ ਤੁਹਾਨੂੰ ਚੁੰਨੂ ਸੌਂ ਗਿਆ ਅਜੇ ਨਹੀਂ ਸੁੱਤਾ ਅਜੇ ਵੇਟ ਕਰ ਰਿਹਾ ਤੁਹਾਡੀ ਉਹ ਵੀ ਵੇਟ ਕਰਨ ਲੱਗ ਗਿਆ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਚੰਗਾ ਜੀ ਮੈਂ ਆਉਣਾ ਹੈ ਹਾਂਜੀ ਜੀ ਓਕੇ ਟਾਟਾ ਹੋਏ 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 ਜਹਾਂ ਕੀ ਸੁੰਦਰੀ ਹਾਂ ਹਮਾਰੇ ਬੀਚ ਇੱਕ ਵਾਰ ਜੂੜਾ ਦਿਖਾਓ ਇੱਕ ਵਾਰ ਜੂੜਾ ਓਏ ਹੋਏ 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 40-45 ਮਿੰਟ ਜੂੜੇ ਤੇ ਲਾਏ ਹੈ ਹੋਰ ਸੁਣਾਓ ਜੀ ਠੀਕ ਠਾਕ ਹੋ 1 ਮਿੰਟ ਮੈਂ ਜੂੜੇ ਬਣਾ ਹਾਂਜੀ 1 ਮਿੰਟ ਮੈਂ ਬਣਾ ਦਿਆ ਕਹਾਂ ਸੇ ਬਿਲੋਂਗ ਕਰਦੇ ਹੋ ਆਪ ਕੋਲਕਾਤਾ ਕੋਲਕਾਤਾ ਸੇ ਅੱਛਾ ਵਹਾਂ ਦਾ ਗੀਤ ਸੁਣਾਓ ਕੋਈ ਜੋਦੀ ਤੋਰ ਡਾਕ ਸ਼ੁਨੇ ਕਿਉ ਨਾ ਆਸ਼ੇ ਤਬੇ ਇਕਲਾ ਚਲੋ ਰੇ ਜੋਦੀ ਤੋਰ ਡਾਕ ਸ਼ੁਨੇ ਕਿਉ ਨਾ ਆਸ਼ੇ ਤਬੇ ਇਕਲਾ ਚਲੋ ਰੇ ਇਕਲਾ ਚਲੋ ਇਕਲਾ ਚਲੋ ਇਕਲਾ ਚਲੋ ਇਕਲਾ ਚਲੋ ਰੇ ਜੋਦੀ ਤੋਰ ਡਾਕ ਸ਼ੁਨੇ ਕਿਉ ਨਾ ਆਸ਼ੇ ਤਬੇ ਇਕਲਾ ਚਲੋ ਰੇ ਮੈਨੂੰ ਇਹ ਸੁਣਿਆ ਵੀ ਮੇਰੇ ਪਾਸ ਇਹ ਕੀ ਐਨਕ ਹੈ ਵੋ ਮੈਂ ਲਾਉਂ ਹੈ ਇਹ ਕੀ ਐਨਕ ਕੇ ਲਾਉਂ ਮੈਨੂੰ ਇਹ ਸੁਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੜ੍ਹਦੇ ਹੋ ਜੀ ਹਾਂਜੀ ਕਿਹੜਾ ਈਅਰ ਹੈ ਜੀ ਥਰਡ ਈਅਰ ਹੋ ਗਿਆ ਹੁਣ ਕਾਲਜ ਬਾਰੇ ਦੱਸੋ ਜੀ ਕਾਲਜ ਕਿੱਦਾਂ ਦਾ
ਕਾਲਜ ਬਹੁਤ ਵਧੀਆ ਜੀ ਪਹਿਲੀ ਵਾਰ ਜਦ ਕਾਲਜ ਆਏ ਸੀ ਹਾਂ ਪਹਿਲੀ ਵਾਰ ਜਦ ਕਾਲਜ ਆਏ ਸੀ ਐਕਸਪ੍ਰੈਸ਼ਨ ਹਾਂਜੀ ਐਕਸਪ੍ਰੈਸ਼ਨ ਚਿੱਡੀਆਂ ਤਾਂ ਹੈਗੀਆਂ ਨਹੀਂ ਇੱਧਰ ਓਹੋ ਇੱਡੀ ਸੋਹਣੀ ਲੈ ਹੀ ਲੈਂਦੇ ਹਾਂ ਇੱਕ ਅੱਧੀ ਫਾਸੀ ਜੂ ਤਾਂ ਲਈ ਜੀ ਐਡਮਿਸ਼ਨ ਬਾਪੂ ਦਾ 50-60 ਹਜ਼ਾਰ ਤਾਂ ਲਵਾ ਰਹੇ ਹੋ ਭਾਅ ਜੀ ਇੱਕ ਸਫ਼ਰਨਾਮਾ ਪੇਸ਼ ਕਰਨਾ ਚਾਹੁੰਦਾ 12ਵੀਂ ਤੋਂ ਬਾਅਦ ਜੋ ਹਰੇਕ ਬੱਚਾ ਸੋਚਦਾ 12ਵੀਂ ਤੋਂ ਬਾਅਦ ਜੋ ਹਰੇਕ ਜਵਾਕ ਸੋਚਦਾ ਹਾਂਜੀ ਖਤਮ ਹੋਈ ਕਲਾਸ 12ਵੀਂ ਕਾਲਜ ਜਾਣ ਦਾ ਮੈਨੂੰ ਚਾਹ ਸੀ ਇੱਧਰੋਂ ਇੱਧਰੋਂ ਪੁੱਛ ਕੇ ਲੋਕਾਂ ਨਾਲ ਕੀਤੀ ਸਲਾਹ ਸੀ ਕੋਈ ਕਹਿੰਦਾ ਐਮਟੀ ਚਲਾ ਜਾ ਕੋਈ ਕਹਿੰਦਾ ਕ੍ਰਾਈਸਟ ਵਧੀਆ ਦੱਸੋ ਇਹਨਾਂ ਦੀ ਫੀਸ ਕਿਵੇਂ ਲਿਆਵਾਂ ਸੱਜਣੋ ਦੱਸੋ ਕਿਵੇਂ ਮਾਂ ਪਿਓ ਦਾ ਨਾਂ ਰੁਸ਼ਨਾਵਾਂ ਸੱਜਣੋ ਪਹਿਲੇ ਪਹਿਲੇ ਦਿਨ ਜਦ ਕਾਲਜ ਵੜਦਾ ਜਵਾਕ ਕਈਆਂ ਨੂੰ ਸ਼ੌਂਕ ਵੈਰ ਦਾ ਕਈਆਂ ਨੂੰ ਇਸ਼ਕ ਦਾ ਜਨੂਨ ਸੀ ਕਾਲਜ ਆ ਕੇ ਵੇਖੇ ਮੈਂ ਤਾਂ ਵੱਖਰੇ ਕਾਇਦੇ ਤੇ ਵੱਖਰੇ ਕਾਨੂੰਨ ਸੀ ਫੋਕੀ ਹਵਾ ਨਾ ਹੋ ਜੇ ਕਿਧਰੇ ਫੋਕੀ ਹਵਾ ਨਾ ਹੋ ਜੇ ਕਿਧਰੇ ਦੱਸੋ ਇਸ ਚੀਜ਼ ਤੋਂ ਕਿਵੇਂ ਆ ਖੁਦ ਨੂੰ ਬਚਾਵਾਂ ਸੱਜਣੋ ਦੱਸੋ ਕਿਵੇਂ ਮਾਂ ਪਿਓ ਦਾ ਨਾਂ ਰੁਸ਼ਨਾਵਾਂ ਸੱਜਣੋ ਡਿਵੈਲਪਮੈਂਟ ਫੰਡ ਦੇ ਪੈਸੇ ਨਿੱਤ ਨੇ ਲੈਂਦੇ ਡਿਵੈਲਪਮੈਂਟ ਫੰਡ ਦੇ ਪੈਸੇ ਨਿੱਤ ਨੇ ਲੈਂਦੇ ਕਾਲਜ ਬਿਲਡਿੰਗ ਇੱਕ ਨਾ ਪਾਉਂਦਾ ਬਾਪੂ ਕਹਿੰਦਾ ਇੰਨੇ ਪੈਸੇ ਕੰਜਰਾ ਕਿੱਥੇ ਕੁੰਡੀ ਦਾ ਨਹੀਂ ਲਾਉਂਦਾ ਹੁਣ ਦੱਸੋ ਕਿਵੇਂ ਬਾਪੂ ਨੂੰ ਇਹ ਗੱਲ ਸਮਝਾਵਾਂ ਸੱਜਣੋ ਦੱਸੋ ਕਿਵੇਂ ਮਾਂ ਪਿਓ ਦਾ ਨਾਂ ਰੁਸ਼ਨਾਵਾਂ ਬਾਪੂ ਨੇ ਜੋ ਨਾਂ ਦੇ ਨਾਲ ਹੰਸ ਦੀ ਸਰਦਾਰੀ ਮੈਨੂੰ ਦਿੱਤੀ ਸੀ ਪਰਮ ਨੇਤਾ ਫੇਲ ਹੋ ਸੱਜਣੋ ਪੂਰੀ ਨਿਲਾਮ ਕੀਤੀ ਸੀ ਇਸ ਖੰਡ ਵਿੱਚ ਕਈ ਹੰਸਾਂ ਨੇ ਆਉਣਾ ਤੇ ਕਈਆਂ ਨੇ ਹਜਾਣਾ ਸੱਜਣੋ ਦੱਸੋ ਕਿਵੇਂ ਮਾਂ ਪਿਓ ਦਾ ਨਾਂ ਰੁਸ਼ਨਾਵਾਂ ਅਖੀਰਲਾ ਪੈਰਾ ਸਾਰੇ ਧਿਆਨ ਨਾਲ ਸੁਣਿਓ ਮੈਂ ਕਹਿੰਦਾ ਬਹਿ ਹੀ ਜਾਈਏ ਬਹਿਓ ਤੇਰਾ ਮੈਨੂੰ ਪਤਾ ਨਹੀਂ ਕਦੋਂ ਰੁਸ਼ਨਾਵੇਂ ਅਸੀਂ ਥੱਕ ਗਏ ਹੁਣ ਜਿੰਨਾ ਕੋਲ ਹੈ ਮੌਕਾ ਸੰਭਾਲਣ ਦੀ ਲੋੜ ਹੈ ਇੰਡੀਆ ਵਿੱਚ ਮੈਨੇਜਮੈਂਟ ਵਾਲੇ ਦੀ ਕੋਈ ਨਾ ਥੋੜ ਹੈ ਘਾਟਾ ਨਹੀਂ ਕੋਰਸਾਂ ਦਾ ਕੋਰਸ ਬੜੇ ਹੋ ਰਿਹਾ ਘਾਟਾ ਨਹੀਂ ਕੋਰਸਾਂ ਦਾ ਕੋਰਸ ਬੜੇ ਹੋ ਰਿਹਾ ਮਹਿੰਗੀਆਂ ਨੇ ਫੀਸਾਂ ਉੱਤੋਂ ਮਹਿੰਗਾਈ ਦਾ ਵੀ ਜ਼ੋਰ ਹੈ ਮਹਿੰਗੇ ਸਮੇਂ ਦੀ ਕਦਰ ਨੂੰ ਤੂੰ ਪਾ ਸਜਣਾ ਘੱਟੋ ਘੱਟ ਤੂੰ ਤਾਂ ਮਾਂ ਪਿਓ ਦਾ ਨਾਂ ਰੁਸ਼ਨਾ ਘੱਟੋ ਘੱਟ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀ ਨਾਮ ਤੁਹਾਡਾ ਵਰੁਣਦੀਪ ਹਾਂਜੀ ਵਰੁਣਦੀਪ ਤੁਹਾਡਾ ਕੀ ਸ਼ੌਂਕ ਹੈ ਜੀ ਸਿੰਗਿੰਗ ਡਾਂਸਿੰਗ ਸੁਣਾਓ ਜੀ ਫਿਰ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਓ ਸਾਹਮਣੇ ਕੋਲੋ ਦੀ ਰੁੱਸ ਕੇ ਰੰਗ ਮਾਇਆ ਗੋਲ ਗੱਪੇ ਗੋਲ ਗੱਪੇ ਕਰਾਰੇ ਗੋਲ ਗੱਪੇ ਪਾਉ ਪਾਉ ਕੀ ਨਾਮ ਜੀ ਸ਼ਿਵਾਨੀ ਸ਼ਿਵਾਨੀ ਏ ਸ਼ਿਵਾਨੀ ਬੋਲੋ ਬਹੁਤ ਅੱਛਾ ਗੀਤ ਮੈਮਰੀ ਕਾਰਡ ਪਾ ਦਾਂ ਵਿੱਚ ਚਲੋ ਜੀ ਸੁਣਾਓ ਲਾਡਲੀ ਚੌਥੀ ਵਾਰ ਤਾਂ ਵੱਡਾ ਸਿੰਗਰ ਵੀ ਲਾ ਦੀਦਾ ਸੀ ਲਓ ਜੀ ਇੱਕ ਵਾਰ ਫਿਰ ਚੌਥੀ ਵਾਰ ਸਟੇਜ ਦੇ ਉੱਤੇ ਲਾਡਲੀ ਤੀ ਸ਼ਿਵਾਨੀ 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 ਆਹਾ ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀਆਂ ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀਆਂ ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਰਾਜਨ ਸਚਦੇਵਾ ਤੇ ਕੀ ਸ਼ੌਂਕ ਹੈ ਜੀ ਡਾਂਸ ਦਾ ਸ਼ੌਂਕ ਹੈ ਜੀ ਡਾਂਸ ਦਾ ਕਿਹੜਾ ਜੀ ਹਿਪ ਹੌਪ ਸਾਲਸਾ ਭੰਗੜਾ ਭੰਗੜਾ ਕਰਾਂਗਾ ਜੀ ਤੁਹਾਡੇ ਨਾਲ ਚਲੋ ਠੀਕ ਹੈ ਜਿਹੜਾ ਸਟੈਪ ਤੁਸੀਂ ਕਰੋਗੇ ਮਗਰ ਹੀ ਮੈਂ ਲੱਗ ਜੂੰਗਾ ਇਹ ਸੀਗਾ ਜੀ ਸਫ਼ਰ AIMT ਕਾਲਜ ਅੰਬਾਲਾ ਦਾ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਆਪਣਾ ਖਿਆਲ ਰੱਖਿਓ ਜੀ ਰਵਨੀਤ ਵੱਲੋਂ ਬਾਏ ਬਾਏ ਕੰਟੀਨਿਊ ਮੰਡੀਰ ਨੂੰ ਪਿਆਰ ਕਰਦੇ ਰਹੋ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ